ਉਹ ਜਿੰਨਾ ਦਾ ਮਾਲ ਕਿਥੇ ਵਜਦਾ ਆ ਔਰ ਆਰੇ ਦਾ ਆਰਡਰ ਲਾ ਦਤਾ ਚਲੋ ਮਾਲ ਨਹੀਂ ਵਜਦਾ ਹੈ ਤਾਂ ਵੀ ਇਹਨਾਂ ਨੂੰ ਤਾਂ ਦੇ ਦਤਾ ਐਸੇ ਘਰ ਨਹੀਂ ਲੈਣਾ ਸਾਰਾ ਵੇਚ ਦੇ ਰਿਆਂ ਇਹਨਾਂ ਨੂੰ ਦੇ ਦੇ ਜਾਣਾ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਭਾਜੀ ਗੋਸ਼ਤ ਦੀ ਦੁਕਾਨ ਹੈ ਹਾਂਜੀ ਗੋਸ਼ਤ ਦੀ ਦੁਕਾਨ ਹੈ ਔਰ ਕੁ ਸੈਂਡਣ ਲੱਗੇ ਵੇਖੇ ਤੇ ਕੁ ਜੁੱਤੀਆਂ ਲੱਗੀਆਂ ਬੇਟੂ ਤਾਂ ਖਾਓ ਮੋਂ ਕੋ ਮੇਰੇ ਨਾਲ ਦਾ ਹੈਗਾ ਪੂਰਾ ਮੂੰਹ ਉਹ ਬਾਜੀ ਆ ਪਰ ਸਾਹਮਣੇ ਆ گوشਤ ਦੀ ਦੁਕਾਨ ਆ ਅੱਛਾ ਤੇ ਕੀ ਭਾਜੇ گوشਤ ਦਾ ਕੀ ਹਿਸਾਬ ਪਤਾ ਆਵੇ ਆਪਣਾ ਹਿਸਾਬ ਪਤਾ ਜੋ ਚੱਲਦਾ 590 ਰੁਪਏ ਅੱਛਾ ਇਹ ਫਿਕਸ ਰੇਟ ਹੈ ਫਿਕਸ ਰੇਟ ਹੀ ਹੁੰਦਾ ਬਾਟਾ ਰੇਟ ਨਹੀਂ ਹੁੰਦਾ ਕਦੇ ਘਟ ਜਾਂਦਾ ਕਦੇ ਵੱਧ ਜਾਂਦਾ ਆ ਅੱਜ ਕੱਲ ਤੁਹਾਨੂੰ ਪਤਾ ਮੰਗਾਈਏ ਬਾਜੀ ਫਿਰ ਫੋਟ ਰੱਤ ਨਹੀਂ ਲੱਗਦਾ ਜੀਦਾਂ ਨੂੰ ਤੁਸੀਂ ਇੰਜ ਕਰੋ ਆਪਣਾ ਕਲੇਜੀਆਂ ਪਈਆਂ ਨੇ ਕਲੇਜੀਆਂ ਪਈਆਂ ਤੇ ਤੁਸੀਂ ਇੰਜ ਕਰੋ ਨਾ ਤੁਸੀਂ ਅੱਧਾ ਕਿਲੋ ਤੇਲ ਕਲੇਜੀ ਤੋਲਨੇ ਅੱਧਾ ਕਿਲੋ ਤੇਲ ਕਲੇਜੀ ਤੇਲ ਕਲੇਜੀ ਅੱਧਾ ਟੋਨ ਲੈਣੀ ਤੁਸੀਂ ਬੋਸਤੀ ਕਰਾ ਲਓ ਬਾਦੀ ਜਿੱਦਾ ਕਿਹੜਾ ਕੁਸ਼ ਨਹੀਂ ਲੈ ਲੈਣੇ ਜਾਂ ਜਾਨਾ ਕਿਤੇ ਕਿ ਮਤਲਬ ਖਾਪ ਗਏ ਤਾਂ ਗੱਲਾਂ ਤਾਂ ਇਹ ਤਾਂ ਕਿ ਜੇ ਮੈਂ ਤਾਂ ਤੁਸੀਂ ਉਹ ਬੋਸਤ ਲੈ ਲਓ ਹਾਂ ਤੇ ਆਪਣੀ ਮਰਜ਼ੀ ਨਾਲ ਹੀ ਲੈਣਾ ਨਾ ਕਲੇਜੀਆਂ ਅੱਧਾ ਕਿਲੋ ਤੇਲ ਕਲੇਜੀ ਅੱਛਾ ਅੱਛਾ ਬੱਕਰੇ ਦੀ ਨਹੀਂ ਤੇਲ ਕਲੇਜੀ ਬੱਕਰੇ ਦੀ ਮੈਂ ਮੁਰਗੇ ਦਾ ਕੰਮ ਕਰਦਾ ਬੱਕਰਾ ਮੈਂ ਕਿਸੇ ਦਾ ਹੁਣ ਫੜ ਲਿਆ ਮੈਂ ਏ ਨਹੀਂ ਮੈਨੂੰ ਪਤਾ ਹੈ ਮੇਰੇ ਭਰਾ ਤੇ ਸਰ ਦੇ ਦਰਵਾਜ਼ੇ ਤੇ ਖੜੋਤਾ ਚੂਰੀ ਫੇਰ ਕੇ ਉਹਦੇ ਪਲੇਜੀ ਕੱਢ ਲਿਆ ਮਾ ਅੱਛਾ ਆਪਣਾ ਜ਼ਿੰਦਾ ਦਾ ਕੀ ਹਿਸਾਬ ਹੈ ਹਾਂ ਜ਼ਿੰਦਾ ਜ਼ਿੰਦਾ ਮੁਰਗੀ ਜਿਹੜੀ ਜ਼ਿੰਦਾ ਨਹੀਂ ਇਹਨੇ ਜਾਨ ਕੱਢ ਕੇ ਦਿੰਦੇ ਆ ਜ਼ਿੰਦਾ ਪਾਗਲ ਆ ਅਸੀਂ ਤਨ ਤੇਰੀ ਇਹ ਤੂੰ ਜਾਨੀ ਫੁਰ ਵਾਲੇ ਵਾਲੇ ਮਸਾਲਾ ਲਾ ਕੇ ਵੇਚ ਛੱਡ ਤੇ ਯਾਨੀ ਜ਼ਿੰਦਾ ਕਿਵੇਂ ਪੈਗੀ ਸਾਨੂੰ ਜ਼ਿੰਦਾ ਵੀ ਉਹਨੇ ਦੇ ਭਾਣਾ ਤੋਲ ਕੇ ਵੇਚੀ ਕਰੋੜੇ ਆਉਣੇ ਆ ਵੇਚੀ ਤਾਰਾ ਕੁਝ ਆਉਣਾ ਅੱਛਾ ਕਰੋੜੇ ਵੀ ਤੇ ਖੱਦ ਵੀ ਜ਼ੁਬਾਨ ਵੀ ਜ਼ੁਬਾਨ ਵੀ ਸਰੀ ਭਾਵੀ ਵੀ ਇਹ ਸਾਰਾ ਕੁਝ ਆ ਜਾਏਗਾ ਉਹਨੇ ਹੋਰ ਤੇ ਜ਼ੁਬਾਨ ਤੇ ਵੀ ਡੇਢ ਚਲੋ ਤੀ ਹੁੰਦੀ ਹੈ ਪਾਵੇਂ ਉਹਦੇ ਜਿਹੜੇ ਕੋਈ ਪਾਈਆਦੇ ਹੁੰਦੇ ਐ ਇਹਨਾਂ ਨੇ ਤੇ ਪਾਈ ਪੇ ਹੁੰਦੇ ਤੇ ਪੰਜੇ ਪਏ ਹੁੰਦੇ ਇਹ ਮੱਖੀਆਂ ਬੜੀਆਂ ਬੈਣੀਆਂ ਐ ਮੱਖੀਆਂ ਬੈਣੀਆਂ ਹੁਣ ਮੱਖੀਆਂ ਨੇ ਵੀ ਇਤੋਂ ਖਾਣੇ ਉਹਨਾਂ ਨੇ ਕਿੜੀਆਂ ਬੈਗ ਨਾ ਚਲਦੀਆਂ ਵੀ ਮੱਖੀਆਂ ਦੀ ਬੈਗ ਨਾ ਚੱਲਣ ਰਹੀਆਂ ਨਹੀਂ ਜੀ ਨਹੀਂ ਮੱਖੀਆਂ ਦਾ ਸਾਬ ਵੀ ਮੱਖੀਆਂ ਤੇ ਗਰੇੜੀਆਂ ਨਾਲ ਕਰੋ ਜਾਣਗੀਆਂ ਜਦ ਸੁਨਿਆਰਾਂ ਦਾ ਕੰਮ ਕਰਨਾ ਪਵੇ ਜੀ ਨਾਨਕਿਆਂ ਨੂੰ ਬਹੁਤ ਆਸਾ ਸੇ ਮੱਖੀਆਂ ਨਾਲ ਤੇ ਜਿਹੜੇ ਆਗੇ ਵਿੱਚ ਤੂੰ ਬੀਬੀ ਸੌਦਾ ਲੈਣਾ ਲੈ ਤੂੰ ਸਾਡਾ ਮੁਤਕਾ ਲਾ ਕਰੋ ਇਹ ਸਾਰੇ ਟਕਿਆ ਕਿਉਂ ਮੈਂ ਇਹਨਾਂ ਦਾ ਮੂੰਹ ਤੇ ਵਿਖਾਓ ਉਹ ਜਿਹੜਾ ਤੋ ਫਨਾ ਦਿੰਦਾ ਵੀ ਬੰਦੇ ਲੈ ਕੇ ਕੋਲ ਉਹਦੇ ਟੋਪੀਆਂ ਪਾਈਆਂ ਲੈ ਚਲੇ ਜਨਾਜ਼ਗਾ ਤੇ ਆ ਤੁਹਾਡੇ ਸਾਹਮਣੇ ਪਿਆਦਾ ਕਿਹੜੇ ਸਤਿਆਰੇ ਪਿਆ ਮਾਲ ਆ ਪਿਆ ਇਹ ਦੇਖ ਲੋ ਜਿਹੜਾ ਤੁਸੀਂ ਲੈਣਾ ਹੈ ਉਸ ਦਾ ਅੱਲਾ ਮਾਫ ਕਰੇ ਬੜੀ ਦਿਮਾਗ ਹੀ ਖਾ ਲਿਆ ਨਹੀਂ ਤੇ ਇਹ ਜਿਹੜਾ ਗੋਸ਼ਤ ਇੰਨਾ ਸਾਰਾ ਤੁਸੀਂ ਬਣਾ ਕੇ ਰੱਖਿਆ ਇਹ ਪੁਰਾਣਾ ਪਿਆ ਪੁਰਾਣਾ ਜਦਲੇ ਪੁਰਾਣਾ ਹੁੰਦਾ ਹੈ ਕਦੋਂ ਕਿਉਂ ਬਣਾ ਰਿਆ ਅਸੀਂ ਗੱਲ ਆ ਵੀ ਸਵੇਰ ਜਾਨਵਰ ਜਿੱਤੇ ਆ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਹੈ ਉਹਦੇ ਵਿੱਚ ਕੁਝ ਪੈ ਜੁੜੇ ਆ ਅੱਛਾ ਕੁ ਚਕਵਾਲ ਦੀ ਮੁਰਗੀ ਪਈ ਉਹ ਤਾਂ ਗੋਸ਼ਤ ਦੇ ਨਹੀਂ ਸਾਡੇ ਕੋਲ ਚਕਵਾਲ ਦੀ ਨਹੀਂ ਹੈਗੀ ਅੱਛਾ ਕਲਰਧਾਰ ਦੀ ਉਹ ਲੈ ਲਓ ਤੇ ਬਾਵਲਪੁਰ ਦੀ ਕੁਪਈ ਹੋਵੇ ਤੂੰ ਉੱਤੇ ਬੈਠ ਕੇ ਜਾਣਾ ਆ ਖਾਣੇ ਹੀ ਆ ਮੁਰਗੀ ਵੀ ਜਿਹੜੇ ਮਰਜ਼ੀ ਲੈ ਕੇ ਤੂੰ ਘਰ ਆਣਾ ਅੱਛਾ ਮੁਰਗੀ ਚਾਹੀਦੀ ਏ ਸਾਲਮ ਸਾਲਮ ਮੁਰਗੀ ਚਾਹੀਦੀ ਏ ਤੇ ਅਲਾਈਡ ਮੋੜ ਤੱਕ ਜਾਣਾ 500 ਆ ਰੀਆਂ ਨੇ ਦਿਮਾਗ ਵੈਸੇ ਨਾ ਮੇਰਾ ਮੈਂ ਯਾ ਮੇਰੀ ਭੈਣ ਇੱਥੇ ਚੱਲ ਜਾ ਆ ਆ ਬੰਦਾ ਹੈਗਾ ਉਹਨੂੰ ਤਾਜ਼ਾ ਸਮਾਨ ਦਾ ਆ ਉਹਦੇ ਤਾਜ਼ਾ ਕੁ ਦਿੱਤੇ ਨੇ ਜਾਨਵਰ ਵੀਰੋ ਉਧਰ ਉਧਰ ਜਾ ਕੇ ਲੈ ਜਾ ਇਹ ਖਰਾਬ ਖਰਾਬ ਕਦੋਂ ਤੈਨੂੰ ਉਹਨੇ ਕੋ ਐਸੀ ਗੱਲ ਕਰ ਦਿੱਤੀ ਵੀ ਜਿਹੜੀ ਨਾ ਬਰਦਾਸ਼ਤ ਕਰਨ ਵਾਲੀ ਹੋਵੇ ਉਹ ਤਾਂ ਗੋਸ਼ ਦਾ ਟੁਕੜਾ ਵੀ ਜੀ ਬੋਲਣਾ ਕੀ ਖਾਫ ਕਰਨੇ ਵੀ ਅੱਖਾਂ ਮਾਰਨੇ ਤੈਨੂੰ ਤਕਬੀਰ ਆਉਂਦੀ ਤੁਹਾਨੂੰ ਤਕਬੀਰ ਉਹ ਬੰਦਾ ਹਲਾਲ ਕਰਾਉਣਾ ਮੇਰੇ ਕੋਲ ਇਹ ਪੁੱਛ ਰਹੀ ਹੈ ਕਿਸ ਤਰ੍ਹਾਂ ਦਾ ਗਾਵੇ ਕੋ ਘਰ ਦਾ ਜੀ ਜਿਹੜੇ ਚੁਰੀ ਬਰਾਉਣੀ ਮੇਰੇ ਕੋਲ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰੀ ਜਾ ਰਹੇ ਸਿਰ ਤੇ ਪੈ ਨਹੀਂ ਜਮਾ ਦਮੀਰ ਕਰ ਰਿਹਾ ਚੀਜ਼ ਸੌਦਾ ਲੈਣਾ ਦੱਸੋ ਕੋਈ ਸੌਦਾ ਲੈਣਾ ਤੇ ਮੈਨੂੰ ਤੇ ਐਗੀ ਹੈਗੀ ਹੈਗੀ ਇਹ ਤਰ੍ਹਾਂ ਪਾ ਅੱਛਾ ਆਏ ਨੇ ਵਿੱਚ ਬੋਸਟ ਪਾ ਕੇ ਨਾ ਘਰ ਨੂੰ ਤੁਹਾਡੇ ਨੂੰ ਮੂੰਹ ਕਰ ਦਿੰਦਾ ਉਹਦੋਂ ਨੂੰ ਫਿਰ ਬੱਚਿਆਂ ਦੇ ਹਲਦਾਰੇ ਵਿੱਚ ਬੂਟੀਆਂ ਵੱਜਦੀਆਂ ਜਾ ਅੱਛਾ ਇਹ ਸਾਡੇ ਘਰ ਵਾਲ ਚਲਾਉਂਦੇ ਹੋ ਕਿ ਆਪਣੇ ਆ ਬੀਬੀ ਦਿਮਾਗ ਨਾ ਖਾ ਜਾ ਕੰਮ ਦਾ ਟਾਈਮ ਹੋਇਆ ਤੇਰੀ ਮਿਹਰਬਾਨੀ ਹੈ ਜੋ ਲੈਣਾ ਆ ਲੈ ਕੇ ਜਾ ਨਹੀਂ ਬੋਸਟ ਹੀ ਲੈਣ ਆਏ ਆ ਇਹ ਕਿਹਨੂੰ ਘੇਰ ਚਲਾਇਆ ਹਾਂ ਇਹ ਹੈ ਕੀ ਚੀਜ਼ ਕੀ ਹੈ ਜੀ ਇਹ ਹੈਗੀ ਇਹ ਸੋਲਰ ਪਲੇਟ ਆ ਅੱਛਾ ਹਾਂ ਤੇ ਕੀ ਇਹ ਲਾਇਆ ਮੁਰਗਿਆ ਬਾਹਰ ਤੇ ਲਕਾ ਹੋਵੇ ਨਾ ਤੇ ਫਿਰ ਆਵਾਬ ਉਹ ਜਿਹੜੀ ਇਹਨਾਂ ਨੂੰ ਲੱਗਦੀ ਰਹਿੰਦੀ ਏਸੀ ਵੀ ਲੁਆਇਆ ਏਸੀ ਨਹੀਂ ਹੈ ਏਸੀ ਨਹੀਂ ਲੁਆਇਆ ਮੁਰਗੀ ਮੁਰਗੇ ਸੜੇ ਆ ਛਾਲੇ ਨਿਕਲੇ ਇਹਨਾਂ ਤੇ ਵੀ ਤੜ ਹਵੇ ਬਾਹਰ ਇਹਨਾਂ ਨੇ ਜੰਗਲ ਵਿੱਚ ਰਹਿਣਾ ਹੁੰਦਾ ਏਸੀ ਬਤਾ ਦੇ ਨਾ ਨਾਨਕਿਆਂ ਮੇਰੇ ਐ ਵਾਈਫਾਈ ਵੀ ਨਹੀਂ ਲੁਆਈ ਲੈ ਬਾਈ ਬਾਈ ਜਾ ਬੀਵੀ ਕੰਮ ਕਰ ਜਾ ਉਧਰ ਜਾ ਕੇ ਐਵੇਂ ਤਮਾਕੀ ਖਾਈਏ ਨੇ ਵਾਈਫਾਈ ਬੁਲਾਈ ਦੇ ਅੱਛਾ ਇੱਥੇ ਮੁਰਗੇ ਐ ਐਵੇਂ ਇੰਗਲਿਸ਼ ਕੀਮਾ ਚਾਹੀਦਾ ਕੀਮਾ ਕੀਮਾ ਕਿਸੇ ਦਾ ਕਰਵਾ ਲਿਆ ਬੀਬੀ ਹੁਣ ਤਾ ਇਹ ਰਹਿ ਗਿਆ ਬਾਕੀ ਨਹੀਂ ਨਹੀਂ ਕੀਮਾ ਚਾਹੀਦਾ ਤੇ ਕੀਮਾ ਸੰਗ ਦੱਸੋ ਜੀ ਬੇਚੇਰਾ ਕਰਨਾ ਮੈਂ ਫੇਰ ਹੀ ਕਰਕੇ ਦੇਣਾ ਵੱਡੇ ਗੋਸ਼ਤ ਦਾ ਲੈ ਵੱਡਾ ਗੋਸ਼ਤ ਹੈ ਹੀ ਨਹੀਂ ਇਹਨਾਂ ਆ ਵੱਡਾ ਹੀ ਆ ਆ ਸਮਝ ਲੈ ਵੱਡੇ ਦੀ ਫੁੱਟੀ ਆ ਇਹ ਨਹੀਂ ਕ ਹੈ ਇਹ ਨਹੀਂ ਕ ਇਹਦੇ ਨਾਲ ਬਿਮਾ ਆ ਲਾ ਦਿੰਦਾ ਐਨਫੀ ਨਾਲ ਜੋੜ ਦਿੰਦਾ ਆ ਦੋਨੇ ਕਰ ਦਿੰਦਾ ਉਹ ਲੋਕ ਕਿਉਂ ਕਰਦੇ ਨਾ ਗੋਸ਼ਤ ਤੋੜਨਾ ਕੀ ਆ ਗੋਸ਼ਤ ਹੀ ਤੋੜਨੇ ਆ ਨਾ 1 ਕਿਲੋ ਕੀਮਾ ਕਰਨਾ ਹੈ ਇਹਦਾ ਬੁਖਰਾ ਮੁਰਗੀ ਦਾ ਆ ਮੁਰਗੀ ਦਾ ਹਾਂਜੀ ਕੀਮਾ ਕਰਦੇ ਇਹਦਾ ਨਗਰੋਂ ਤੇ ਮੁੱਢੀ ਦਾ ਨੀ ਨਹੀਂ ਬਣਾਉਣਾ ਮੁੱਢੀ ਤੇ ਨਹੀਂ ਬਣਾਉਣਾ ਨਾ 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 ਤੇ ਮੂੰਹ ਜਿਹੜਾ ਕਰੀਏ ਮੈਂ ਫਿਰ ਨਹੀਂ ਕਿ ਉਹ ਕੀ ਗਲ ਹੋ ਗਈ ਆ ਆ ਤਲੀ ਜਮ ਅੱਗੇ ਤੋ ਹੱਥ ਰੱਖੀ ਜਾ ਇਧਰ ਪਕਾਈ ਜਾ ਨਹੀਂ ਇਹਦੇ ਨਾਲ ਮੂੰਹ ਜਿ ਲੱਕੜਾ ਹੁੰਦੀਆਂ ਨੇ ਆਪਣੇ ਸਿਰ ਤੇ ਬਣਾ ਕੇ ਦੇ ਵੀ ਹੁਣ ਬੀਵੀ ਮੈਂ ਕਹਿੰਨਾ ਬਣਾਉਣਾ ਹੈ ਨਹੀਂ ਬਣਾਉਣਾ ਹੈ ਨਹੀਂ ਇਹਦੇ ਤੇ ਨਾ ਨਾ ਬਣਾ ਲੱਕੜਾ ਹੁੰਦੀਆਂ ਨੇ ਵਿੱਚ ਨਹੀਂ ਇਹ ਤੇ ਨਾ ਮੈਂ ਬਣਾਵਾ ਚੱਤ ਲਾ ਜਮਾ ਜਿੱਥੇ ਮਰਜ਼ੀ ਬਣਾ ਕੇ ਦੇ ਇਹਦੇ ਤੇ ਨਾ ਬਣਾਈ ਐਗੀ ਮਸ਼ੀਨ ਦਾ ਕੀਮਾ ਹੈ ਹਾਂ ਇਹ ਕੀ ਜੀ ਮਾ ਇਹਨਾਂ ਚਲ ਮਾਰੀ ਵੀ ਐ ਦਰ ਅੱਛਾ ਆਏ ਹੈ ਦਾ ਮੂੰਹ ਕਿਦਾਂ ਦਾ ਵੇ ਇਹ ਨਾਨਕੇ ਆ ਤੇ ਜਾਇਆ ਇਹਦਾ ਮਾਮਾ ਸਰਦਰ ਨਹੀਂ ਹੈਗਾ ਇਹਦਾ ਮੂੰਹ ਉੱਦਾ ਦਾ ਹੈ ਹਾਂ ਸ਼ੁਕਰਗਰ ਭੂਆ ਨਜ਼ੀਰਾ ਤੇ ਨਹੀਂ ਟੁਰ ਗਿਆ ਹਾਂ ਐਡੀ ਤੇ ਜ਼ੁਬਾਨ ਹੋਣੀ ਸੀ ਉਹਦੀ ਜ਼ੁਬਾਨ ਉਹਦੀ ਉਹਦੀ ਕਰਦੇ ਕਰ ਇਹ ਨੰਗਾ ਕਿਉਂ ਰੱਖਿਆ ਇਹਨਾਂ ਦੇ ਕੱਪੜੇ ਅਸੀਂ ਦੇ ਦਿੱਤੇ ਆ ਬੀਬੀ ਦਰਦੀ ਤੇ ਆਉਂਦੇ ਨੇ ਤਾਂ ਫਿਰ ਮੈਂ ਪਵਾ ਦਿੰਦਾ ਆ ਫਿਰ ਮੈਂ ਤੁਹਾਡੇ ਵਾਲੇ ਨੂੰ ਭੇਜਦਾ ਆ ਪਜਾ ਆਪਣੀ ਮਾਸੀ ਨੂੰ ਲਿਆ ਜਾਦੇ ਉੱਤੇ ਅੱਛਾ ਇਹ ਨੰਦਾ ਹੁੰਦਾ ਹੈ ਤੇ ਜਿਹੜੀਆਂ ਉਹਨੇ ਪੈਂਪਰ ਲੱਗੇ ਹੁੰਦੇ ਇਹਨਾਂ ਨੂੰ ਅੱਛਾ ਕੱਪੜੇ ਕਿਹੜੇ ਸੀਨੇ ਭੇਜੇ ਨੇ ਘਰ ਪਾਣਾਂ ਲਈ ਯਾ ਇਤ ਲਈ ਸਵਾਏ ਨੇ ਜਿਵੇਂ ਤਾਂ ਦਿਮਾਗ ਘਾਦੇ ਖਾਈ ਜਾਂਦੇ ਨਹੀਂ ਆ ਦਿਮਾਗ ਖਾਣੇ ਉਹ ਇਹ ਗੱਲ ਕਰੇ 26 ਜਵਾਬ ਦੇ ਜਾਣੀ ਹੈ ਤੂੰ ਗੁੱਸਾ ਕਿਉਂ ਕਰ ਮੈਂ ਹੈਰਾਨ ਆ ਉਸ ਬੰਦੇ ਨਾਲ ਜਿਹੜੀ ਤੂੰ بیوی ਆ ਅੱਛਾ ਫਿੱਦਾ ਤੇ ਨਾ ਰਹਿੰਦਾ ਹੋਏਗਾ ਮੇਰੀ ਗੱਲ ਸੁਣੋ ਗੁੱਸਾ ਨਾ ਕਰੋ ਗੁੱਸਾ ਘੈਰਤ ਦਾ ਨਾ ਆਏ ਐਨਾ ਕੀ ਕਰਦੇ ਵੀ ਇੱਥੇ ਗੋਲੀਆਂ ਪਾ ਕੇ ਤੇ ਬੀਬੀ ਮਾਰੀ ਦੀਆਂ ਤੇਰੇ ਵਰਗੇ ਫਾਟਾ ਫਾ ਕਰਕੇ ਇਹਦਾ ਕੀ ਕਰਨਾ ਹੈ ਬਾ ਕਿਹੜੀਆਂ ਗੋਲੀਆਂ ਜਿਹੜੀ ਅਸਲੀ ਗੱਲ ਕਰੀ ਜਾਨੀ ਤੂੰ ਕਿਹੜੀਆਂ ਗੋਲੀਆਂ ਮਾਰਦੇ ਹੋ ਤੈਨੂੰ ਮੌਲਾ ਨੇ ਲੈਣਾ ਤੂੰ ਕੌਣ ਹੈ ਬੀਬੀ ਕਿੱਥੋਂ ਆਈ ਹੈ ਤੂੰ ਅੱਛਾ ਗੋਸ਼ਟ ਕਰੋ ਅਗੋਂ ਅਬ ਗੋਸ਼ਟੀਆ ਟਾਈਮ ਨਾ ਜ਼ਾਇਆ ਕਰੋ ਮੇਰਾ ਮੇਰੇ ਕੋ ਟਾਈਮ ਨਹੀਂ ਹੈ ਮੈਂ ਹਾੜੀ ਵੀ ਪਕਾਉਣੀ ਟਾਈਮ ਹੋ ਕੇ 200 ਵੀ ਘੜੀ ਲੈ ਲਾ ਮੈਂ ਉੱਥੋਂ ਜਾ ਕੇ ਵੀ ਗੋਟ ਨਾ ਬੰਨਦਾ ਪਹਿਲਾਂ ਟੂ ਟਾਈਮ ਦੇਖੀ ਜਾ ਚਲ ਵਾ ਫੜੋ ਹਾਂ ਆਈ ਫੜੋ ਇਹ ਕੀ ਕਰਨ ਨਹੀਂ ਇਹ ਤੁਸੀਂ ਨਾ ਆ ਫੜੀ ਜਾਓ ਮੈਂ ਦੱਸਦੀ ਤੁਹਾਨੂੰ ਇੱਕ ਤਰੀਕਾ ਇੱਕ ਕੰਪਨੀ ਆਈ ਹੈ ਬਰੋ ਮੈਨੂੰ ਵੀ ਵੀ ਦੱਸਤਾ ਦੇ ਤੂੰ ਕੋਈ ਲੈਣ ਕੀ ਆਈ ਜਾਂ ਕਰਨ ਕੀ ਰਹੀ ਹੈ ਇਹ ਹਲੋ ਇਹ ਦੀ ਨਾ ਹੁਣ ਤੁਸੀਂ ਮੈਨੂੰ ਨਾ ਸਾਲਮ ਮੁਰਗੀ ਬਣਾ ਕੇ ਦੇਓ ਸਾਲਮ ਮੁਰਗੀ ਹਾਂਜੀ ਇਹਦੀ ਮੈਂ ਜਿੱਦਾਂ ਸਾਲਮ ਪੂਰੀ ਮੁਰਗੀ ਬਣਾ ਕੇ ਦੇਣੀ ਮੈਨੂੰ ਅਬੀਬੀ ਕੰਮ ਕਰ ਜਾ ਕੇ ਮੈਂ ਉਹ ਕਿੱਥੇ ਜੋੜ ਦਵਾਏ ਜੋੜ ਕੇ ਦਿਓ ਜੀ ਤਾਂ ਨਾ ਆਵੇ ਟੁੱਟਾ ਆ ਵੀ ਫਟ ਗਿਆ ਮੈਂ ਨੇ ਵੀ ਲਾ ਕੇ ਵੀ ਜੋੜ ਦਵਾਵਾ ਤੁਹਾਡਾ ਕੀ ਇਤਬਾਰ ਤੁਸੀਂ ਨਾਪ ਤੋਲ ਦੇ ਵਿੱਚ ਘਾਟਾ ਰੋ ਕੇ ਜਾ ਮੇਰੀ ਪਿਆੜ ਕੰਮ ਕਰ ਜਾ ਕੇ ਮੇਰੀ ਗਾਗ ਨਾ ਖਾ ਇਹ ਜੋੜ ਕੇ ਤੇ ਮੈਨੂੰ ਵੀ ਪਤਾ ਆ ਜਾ ਇਹਦਾ ਪੱਟ ਕਿੱਥੇ ਇਹਦਾ ਮੂੰਹ ਕਿੱਥੇ ਆ ਇਹਦੀ ਨੱਤਾ ਕਿੱਥੇ ਆ ਇਹਦਾ ਜਿਹੜਾ ਜਿਹੜਾ ਹਿੱਸਾ ਮੈਂ ਤੁਹਾਨੂੰ ਦਿਖਾਵਾਂ ਇਹ ਗੋਸ਼ਤ ਤੁਸੀਂ ਕੀਤਾ ਨਾ ਮੈਂ ਨਹੀਂ ਗੋਸ਼ਤ ਮੈਂ ਨੇ ਦਿੱਤਾ ਹੈਗਾ ਕਿਨੇ ਕੀਤਾ ਬਾਪ ਦਾਦੇ ਬੰਦੇ ਆਏ ਸੀ ਅੱਛਾ ਉਹ ਕਰਕੇ ਗਏ ਉਹਨੇ ਕੀਤਾ ਆਹੋ ਤੇ ਫਿਰ ਪੋਚਾ ਉਹ ਜਾ ਕੇ ਉਹਨਾਂ ਨੂੰ ਕਿੱਦਾਂ ਜੋੜਨੀ ਜੋੜ ਕੇ ਦੇਓ ਮੈਨੂੰ ਤੂੰ ਬੀਵੀ ਲੈਣ ਆਈ ਹੈ ਗੋਸ਼ਤ ਲੈ ਵਾ ਜਾਂ ਨਹੀਂ ਜਾਣਾ ਮੈਨੂੰ ਦੱਸ ਦੇ ਭਾਈ ਗੋਸ਼ਤ ਲੈਣੀ ਆ ਆ ਜਾ ਮੇਰੇ ਪਿਆਰ ਕੰਮ ਕਰ ਜਾ ਕੇ ਇਹ ਦੋ ਲੱਤਾ ਜੂਕੀ ਪੂਰੀ ਟੁੱਟਦੀ ਫਿਰਦੀ ਮੈਨੂੰ ਪੜਾਖਦੀ ਜਾ ਮੇਰੇ ਪਿਆਰ ਕੰਮ ਕਰ ਜਾ ਕੇ ਕੰਮ ਕੀ ਕਰਗੀ ਮਤ ਤੂੰ ਇਹਲਾ ਫਿਰ ਜਾ ਕੇ ਇਹ ਕੀ ਗੱਲ ਹੋਈ ਕੰਮ ਹੀ ਕਰਨ ਨਹੀਂ ਆ ਤੇਰੇ ਕੋਲ ਫੋਟਾ ਲੈਣਾ ਆਈ ਹੈ ਦੇਖ ਮੈਂ ਮੈਂ ਹੁਣ ਇਹਨਾਂ ਨੂੰ ਕਿੱਦਾਂ ਜੋੜ ਦਵਾਂ ਇਹਨੂੰ ਭਰਤੀ ਮੈਨੂੰ ਤਾਂ ਪਤਾ ਕਿਹੜੀ ਨੀਂਦ ਜਿੱਥੇ ਲੌਰੀ ਹੈ ਉਹ ਭਾਈ ਗੁੰਦ ਜੋੜ ਕੇ ਫਿਰ ਗੁੰਦ ਨਾਲ ਜੋੜ ਦੇ ਗੁੰਦ ਨਾਲ ਜੋੜ ਦੇ ਜਾ ਮੇਰੇ ਪਿਆਰ ਕਿਹੜੇ ਕੰਮ ਪੈ ਗਏ ਤੂੰ ਅਸਲ ਚਾਹ ਮੈਨੂੰ ਚਾਹੀਦੀ ਹੈ ਜ਼ਿੰਦਾ ਮੁਰਗੀ ਜ਼ਿੰਦਾ ਮੁਰਗੀ ਦੀੋਂ ਤੋਂ ਕੋਈ ਬਿਆਨ ਲੈਣੇ ਜ਼ਿੰਦਾ ਮੁਰਗੀ ਕੋ ਮੈਂ ਪਹਿਲੇ ਗੱਲਾਂ ਭੁੱਲ ਗਈਆਂ ਜਿਹੜੇ ਤਰਦਾ ਤੇਰਾ ਬਗੂਆ ਸੁਣਾਉਣਾ ਆ ਕਿਤੇ ਤੇ 302 ਪੈਂਦੇ ਜਿਹੜੇ ਮੋਗੀ ਲਾ ਕੇ ਗੁਆ ਹੀ ਦੇ ਨਹੀਂ ਵੀ ਮੇਰੇ ਹੁੰਦੇ ਆ ਨਹੀਂ ਹੋਇਆ ਨਹੀਂ ਜ਼ਿੰਦਾ ਮੁਰਗੀ ਚਾਹੀਦੀ ਹੈ ਪਹਿਲੇ ਮੈਂ ਉਹਦਾ ਚਾਲ ਚੱਲਣਾ ਉਹਦੀ نسل ਉਹਦੀ ਸ਼ਕਲ ਸਾਰਾ ਕੁਝ ਵੇਖ ਕੇ نسل ਦੇਖ ਰਾਂ ਕਿ ਰਿਸ਼ਤੇਦਾਰ ਨਾ ਕੋ ਵੀ ਤੋੜੇ ਨੀ ਕੋਦਾਂ ਸੋ ਬਾਲਦੇ ਇਹ ਪਕਾ ਦੇਣਾ ਨਹੀਂ ਆ ਨਹੀਂ ਕਿਹੜੇ ਰਿਸ਼ਤੇਦਾਰੀ ਉਹ ਨਾ ਕਰਨੀ ਆ ਭਾਈ ਤੁਸੀਂ ਮੈਨੂੰ ਇਹ ਦੱਸੋ ਜ਼ਿੰਦਾ ਮੁਰਗੀ ਮਿਲ ਜੇਗੀ ਆ ਮੋਂ ਨਨੇ ਦੀ ਕੀਤੀ ਨਹੀਂ ਜੇ ਉਹਨਾਂ ਕੋ ਲੈ ਲੋ ਕਿਦਾਂ ਕੋ ਤੜ ਕੋ ਨਹੀਂ ਨਹੀਂ ਬੇਪੁਰ ਮੈਂ ਕਰਤਾ ਮਾਲ ਸਾਰਾ ਫੋਟ ਹੋ ਗਈਆਂ ਨੇ ਸਾਰੀਆਂ ਜਾ ਬੀਬੀ ਕੰਮ ਕਰ ਜਾ ਕੇ ਜਾ ਤਾ ਹੈ ਤੁਹਾਡੇ ਕੋ ਜਾ ਦਿਮਾਗ ਨਾ ਸਾ ਜਾ ਚਲੇ ਜਾ ਮੁਰਗੀ ਨਹੀਂ ਹੈਗੀ ਮੁਰਗਾ ਹੈਗਾ ਕੋਣੋ ਕੋ ਕੀ ਗੱਲ ਹੈ ਮੁਰਗਾ ਹੈਗਾ ਤੁਹਾਡਾ ਮੁਰਗੇ ਕੋ ਕੀ ਕਰਨਾ ਹੈਗਾ ਆ ਹੈਗਾ ਮੇਰੇ ਕੋ ਵੀ ਹੈਗਾ ਕੱਢ ਕੇ ਦੋਨੋਂ ਲੜਾ ਨਾ ਲਈ ਜਾ ਯਾਰ ਓ ਸ਼ੀਵੇ ਓਏ ਇਹਨੇ ਗੱਲ ਕਰਦਾ ਜਬ ਅੰਦਰ ਚਲ ਜਾ। ਭਾਜੀ ਇਹ ਗੋਸ਼ਤ ਕਰਦੇ ਹੋ। ਗੋਸ਼ਤ ਨਹੀਂ ਕਰ ਮੈਂ ਆ ਹੋਰ ਮੈਂ ਦੋ ਦੋ ਮੰਜੇ ਬਾਹਰ ਕੱਢਣ ਆਇਆ। ਆਪੇ ਤਾਂ ਮੈਂ ਬਿਸਤਰੇ ਬਾਹਰ ਕੱਢਣ ਆਇਆ। ਮੈਂ ਫਰਿਸ਼ਲਾ ਅੰਦਰ ਧੋਣ ਨੇ ਆਇਆ। ਬਸ ਜਦੋਂ ਵਹਨੇ ਹੋ ਜਾਓ ਉਸ ਤੋਂ ਥੋੜੀ ਦੇਰ ਬਾਅਦ। ਨਹੀਂ ਨਾ ਵੀ ਜਿਹੜੇ ਹਜ਼ਾਰੇ ਟੂਟੇ ਲਾ ਕੇ ਜਾਣਦੇ ਆ। ਆ ਬਹਿਲੇ ਬੈਠੇ ਆ ਤੇਰੇ ਸਾਹਮਣੇ। ਅੱਛਾ ਛਿਛੜੇ ਇਹਨਾਂ ਦੇ ਜਿਹੜੇ ਨੇ ਉਹ ਕਿੱਥੇ ਜੇ? ਛਿਛੜੇ ਬੀਬੀ ਕੀ ਕਰਦੇ ਚਾਹੀਦੇ ਨੇ ਤੇ ਨਹੀਂ ਉਹ ਕਿ ਜਿਹੜੇ ਅੰਦਰ ਰੱਖੇ ਆ ਅੱਛਾ ਤੇਰੇ ਸਿਆਣੇ ਆਉਂਦੇ ਤਾਂ ਉਹਨਾਂ ਨੂੰ ਪਾਉਣੇ ਆ ਮੈਂ ਕੀ ਗੱਲ ਇਹ ਮਤਲਬ ਹੋ ਗਿਆ ਮੇਰੇ ਬੱਚੇ ਛਿਛੜੇ ਖਾਂਦੇ ਨੇ ਮੇਰੇ ਵੱਡੇ ਵੀ ਛਿਛੜੇ ਖਾਂਦੇ ਨੇ ਨਹੀਂ ਬੀਬੀ ਤੂੰ ਕਹਿੰਦੀ ਐ ਤੂੰ ਵੀ ਕਰੀ ਜਾਂਦਾ ਭਾਈ ਤੂੰ ਬੋਲਦਾ ਕਿ ਤੈਨੂੰ ਅਕਲ ਨਹੀਂ ਹੈਗੀ ਤੂੰ ਇਹ ਜਾਂ ਕੇ ਤਾਰੀ ਲਾਲ ਮਾ ਤਾਂ ਤਾਰੀ ਲਾਲ ਮਾ ਤੇ ਇਹਨੂੰ ਨਹੀਂ ਪਤਾ ਗਾਕਾ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਤੈਨੂੰ ਕੀ ਖਾਣਾ ਆ ਤੇਰੇ ਕੋਲ ਕੀ ਲਾਈਨ ਕਰ ਰਹੀ ਤੂੰ ਦਿਮਾਗ ਖਾਤਾ ਪਿਆ ਆ ਚਿੰਤਾ ਨਹੀਂ ਆ ਜਾ ਹੋਰ ਕਿਆ ਚਿੰਤਾ ਰਿਆ ਪੱਟ ਕਿੰਟਾ ਜੋ ਰਿਆ ਦੋ ਦੇ ਤੇ ਫਿਰ ਤੇ ਏਡੀ ਵੱਡੀ ਤੂੰ ਦੁਕਾਨ ਖੋਲ੍ਹ ਰਿਹਾ ਤੂੰ ਬਾਲ ਕੀ ਮਗਰ ਪੌੜੀ ਲਾ ਕੇ ਬੰਦੇ ਉੱਤੇ ਜਾਣਦਾ ਹੈ ਹੋਰ ਦਾਦੀ ਜਾਣਦਾ ਨੇ ਵੇ ਜਾਈਦਾ ਆਹ ਪੱਟ ਨੇ ਨਿਮਾਉਂਦੋਂ ਆ ਜਿਹੜੇ ਆ ਜਿਹੜੇ ਪੰਜਾਬ ਦੇ ਵਿਚ ਆਂਦੋਂ ਪੰਜੇ ਹੈਗੇ ਨੇ ਲੈ ਬੰਦਰੇ ਇਹਦੇ ਤੇ ਚੱਲ ਜਾ ਉਹਨਾਂ ਨੂੰ ਚਿੱਤਰ ਖਾ ਕੇ ਬਾਹਰ ਆ ਜਾ ਉਹਨਾਂ ਦੇ ਪੰਜੇ ਲਾ ਕੇ ਦੇ ਦੇ ਮੈਂ 1000 ਰੁਪਏ ਵੀ ਕੰਮ ਕਰ ਜਾ ਕੇ ਉਹ ਮੁਰਗੀਆਂ ਦੇ ਪੰਜੇ ਹੈਗੇ ਨੇ ਤੇ ਉਹ ਦੇ ਦੇ ਪੰਜੇ ਜਾਰੇ ਰੱਖਿਆ ਕੀ ਹੈ ਦੁਕਾਨ ਤੇ ਏਡੀ ਵੱਡੀ ਦੁਕਾਨ ਹੈ ਤੁਹਾਡੀ ਤੇ ਰੱਖਿਆ ਵੇ ਤੁਸੀਂ ਕੋਈ ਮੈਂ ਮੁਰਗਾ ਮੇਰੀ ਤਾਂ ਹੋਰ ਮਕੀ ਇੱਥੇ ਰੱਖ ਲਵਾਂ ਮੈਂ ਦਵਾ ਦਵਾਂ ਨਾਲ ਚਾਰ ਰੱਖ ਲਵਾਂ ਨਾਲ ਮੈਂ ਭਟੂਰੇ ਲਾ ਲਵਾਂ ਇੱਥੇ ਪਿੰਡਾਂ ਮੈਂ ਗੋਸ਼ਟੇ ਬੇਜਦਾ ਮੈਂ ਗੋਸ਼ਟੇ ਨਫਤੇ ਮੈਂ ਗੋਸ਼ਟੇ ਰਾਵੀ ਕੱਢਣੀ ਡਿਆ ਚਾਹ ਪਟੂਰੇ ਕਿਤੇ ਵਿਗਣੇ ਨੇ ਤੇਰੇ ਤੈਨੂੰ ਬੋਲਣ ਦੀ ਨਹੀਂ ਆ ਗਿਆ ਨਹੀਂ ਤੈਨੂੰ ਕਾ ਕਿਤੇ ਨਾਲ ਕਿੱਥੋਂ ਤੇਰਾ ਉਹ ਬੀਬੀ ਜਨਮ ਨਹੀਂ ਆਈ ਉਹਦੇ ਨਾਲ ਸ਼ਿਪ ਪਾਈ ਮੈਂ ਸ਼ਿਪ ਕਾਦੀ ਨਾ ਮੈਂ ਉਹ ਆਉਂਦਾ ਨਹੀਂ ਨਹੀਂ ਕੋਈ ਨਾ ਹੈ ਬਾਜੀ ਰਹਿੰਦੇ ਹੋ ਇਹਦੀ ਦੁਕਾਨ ਤੋਂ ਗੋਸ਼ਤ ਨਾ ਲੈ ਆ ਬਾਬਾ ਕਰਦੇ ਗੋਸ਼ਤ ਇਹਨਾਂ ਦਾ ਬੇੜਾ ਕਰਨਾ ਐਸ ਤੋਂ ਭਾਈ ਗੋਸ਼ਤ ਕਰਿਆ ਤੇਰਾ ਬੋਲਦਾ ਕਿਸਰਾ ਤੈਨੂੰ ਅਗਲ ਅੱਜ ਬੋਲ ਮਤਲਬ ਗੋਸ਼ਤ ਕਰਨ ਦੀ ਗਾਹ ਕਿਹਦੇ ਨਾਲ ਕਿਸਰਾ ਗੱਲ ਕਰੀਦੀ ਹੈ ਮੇਰੇ ਕੋਲ ਚੀਜ਼ ਲੈਣਾ ਉਹ ਤਾਂ ਤੈਨੂੰ ਅਗਲ ਨਹੀਂ ਹੈ ਕੀ ਗੱਲ ਕਰੀ ਬਾਜੀ ਜਿਹੜੀ ਚੀਜ਼ ਲੈਣੀ ਲਵੋ ਤੇ ਉਦੋਂ ਤੇ ਤੈਨੂੰ ਇਹ ਕਹੀ ਜਾ ਰਹੀ ਉਹ ਜਿਹੜੀ ਚੀਜ਼ ਲੈਣੀ ਉਹ ਹੀ ਲਵੋ ਸਮਝ ਨਹੀਂ ਆਉਂਦੀ ਹਾਂ ਤਾਂ ਬੋਲੀ ਨਹੀਂ ਲੈਣੀ ਹੁੰਦਾ ਬਾਜੀ ਇੰਦਾ ਬੋਲੀ ਨਹੀਂ ਦਾਨੀ ਕਿਹਦਾ ਬੋਲੀ ਦਾ ਹੁੰਦਾ ਉਹ ਤਾਂ ਤੈਨੂੰ ਸਮਝ ਆਉਂਦੀ ਹੈ ਬੋਲਦੀ ਲਵੋ ਜੋ ਲੈਣਾ ਹੈ ਗੋਸ਼ਤ ਕਰ ਅਗੇ ਮੈਂ ਦਰੀ ਪਿਛਾ ਰਹੇ ਆਂ ਵੇ ਗੋਸ਼ਤ ਕਰ ਦੇ ਕਰ ਦੇ ਕਿਹੜਾ ਲਾਣਾ ਹੁਣ ਕੰਤਾ ਦੇ ਜਿਹੜਾ ਬੀਬੀ ਲਾਣਾ ਆ ਸਾਬਤ ਤਾ ਸਾਬਤ ਮੁਰਗੀ ਸਾਬਤ ਨਹੀਂ ਹੈ ਜੀ ਆਏ ਆਏ ਦੇ ਕੋ ਕਰਵਾਣਾ ਜੋ ਕਰਾਉਣਾ ਹੈ ਅੱਛਾ ਪੰਜੇ ਹੈਗੇ ਨੇ ਪੰਜੇ ਪੰਜੇ ਪੈਰੇ ਆ ਪੰਜੇ ਵੇਚ ਕੇ ਆਏ ਆ ਪੰਜੇ ਆ ਓਏ ਆਪਰੇ ਨੇ ਅੜੀ ਧੀਰ ਇਹਦੀ ਸੈਰਲ ਦਮਗਾਣਾ ਬੀਬੀ ਅਜ ਸਵੇਰ ਦੇ ਤੇ ਉਹ ਵੀ ਲੇਟ ਆਏ ਆ। ਉਹ ਬੀਬੀ ਪਰੇ ਕਰ ਕੀ ਕਰੀ ਜਾਨੀ ਆ। ਮੈਂ ਚੈੱਕ ਕਰ ਰਹੀ ਆ ਕਿ ਲਾਨਤ ਪੈ ਇਹ ਪੂਰੀ ਕੀ ਨਹੀਂ। ਆ ਜਿੱਡਾ ਤੇਰਾ ਮੂੰਹ ਇੰਨੀ ਕਲਾਨਤ ਨਾਲ ਕੁਝ ਵੀ ਨਹੀਂ ਬਣਨਾ ਤੇਰਾ। ਤੂੰ ਪੰਜ ਸੱਤ ਜੋੜ ਲਾ ਤੈਨੂੰ ਚਾਹੀਦੀ ਆ ਨਾ ਤੇ ਇਹ ਲੰਦ ਕੱਟੀ ਕਰਕੇ ਲੈ ਜਾ। ਆ ਨਾ ਕਿਤੇ ਆਏਗਾ ਤੇ ਪਾਉਂਦੀ ਦਵਾਂ। ਮੈਂ ਕਿਹੜਾ ਪਕਾਉਣੀ ਜਾ ਕੇ। ਹਾਂ ਹੁਣ ਕਿਤੇ ਦਰਜ ਕਰਦੇ ਨੇ। ਇਹ ਲੈਪਟਾਪ ਚਲਾ ਲੈਂਦੇ ਨੂੰ। ਹਾਂਜੀ। ਇਹ ਲੈਪਟਾਪ ਚਲਾ ਲੈਂਦੇ। ਇਹ ਲੈਪਟਾਪ ਚਲਾਉਣ ਵਾਲੇ ਆ। ਤੁਹਾਡੇ ਉਂਗਲਾ ਤੁਹਾਡੇ ਕੀ ਕੂ ਸਾਉਥੀਏ ਚੋਰੀ ਕੀਤੀ ਵੀ ਸਾਰੇ ਇੱਥੇ ਤੁਹਾਡੇ ਉੱਥੇ ਰਹੇ ਨਹੀਂ ਨਹੀਂ ਉਹ ਤੁਹਾਡੇ ਬਾਏ ਤੁਹਾਡੇ ਵੀ ਸਿਆਣੇ ਸਾਰੇ ਹੱਥ ਉਹਨਾਂ ਨਾਲ ਕੇ ਰੱਖ ਲੈ ਤੁਹਾਡੇ ਭਾਏ ਨੂੰ ਨਾ ਚਲਾਣਾ ਹੁੰਦਾ ਨਾ ਲੈਪਟਾਪ ਕੰਮ ਕਰਦੇ ਨੇ ਇਹਨਾਂ ਤੇ ਫਿਰ ਉਹ ਉਹਨਾਂ ਦੇ ਹੱਥ ਭਾਏ ਤਾਂ ਕਹੇ ਨਹੀਂ ਉਂਗਲ ਆਣਗੀ ਇਹ ਭਾਜੁੰਦੀਆਂ ਭਾਏ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਨਾ ਪਰ ਉਹ ਤੁਹਾਨੂੰ ਮਨ ਦਾਸਦਾ ਮੇਰੇ ਬੰਦੇ ਦੇ ਵਿੱਚ ਐਵੇਂ ਪੈਰਸ ਤੂੰ ਹੀ ਕਰੀ ਜਾ ਰਹੇ ਐਸੀ ਲੈ ਕਰੀ ਜਾ ਨਹੀਂ ਤੂੰ ਹੀ ਕਾਦੇ ਲਈ ਕਰੋ ਮੈਂ ਤੇ ਉਹਦੀ ਬੁੱਟੀਆਂ ਮੈਂ ਕਰੀ ਜਾਵਾਂ ਤੁਸੀਂ ਕੀ ਲੱਗਦੇ ਉਹਦੇ ਆ ਅਸੀਂ ਕੋਈ ਨਹੀਂ ਲੱਗਦੇ ਤਨੀ ਕਰਦੇ ਆ ਕਰਦੇ ਆ ਚਲੋ ਗੱਲਾਂ ਕਰੀ ਜਾਂਦੇ ਆ ਗੋਸਤੋ ਲੋ ਅਜੇ ਕਿੰਨੇ ਬੰਦੇ ਜਿੰਨੇ ਕਰਨੇ ਆ ਨਹੀਂ ਪੰਜ ਐਸੇ ਨਹੀਂ ਹੈ। ਸਹੀ ਕੀ ਆਗੇ ਤੈਨੂੰ ਦੇਖ ਕੇ ਬੁੱਕੀ ਤੈਨੂੰ ਐ ਦਾਰੇ ਮੈਂ ਕੀ ਕਰਨਾ ਪੰਜੇ ਤੈਨੂੰ ਇਹ ਨਾ ਇਹ ਪੰਜੇ ਉਹ ਤਤਕਾਰ ਕੱਢਣ ਵਾਲੇ ਨਹੀਂ ਹੈਗੇ ਉਹ ਚਾਹੀਦੇ ਨੇ ਮੁੰਜੇ ਨਾਲ ਤਤਕਾਰ ਨਿਕਲੇ ਉਹ ਪੰਜੇ ਚਾਹੀਦੇ ਨੇ। ਹੁਣ ਗੋਸ਼ਟ ਦਿਨਾ ਕਰਨਾ ਆ। ਗੋਸ਼ਟ ਇੰਜ ਕਰ ਤੂੰ ਕਿਲੋ ਗੋਸ਼ਟ ਦੇ ਦੇ। ਸਿੱਧੀ ਤਰ੍ਹਾਂ ਕਹਿ ਬੀਵੀ ਤੀ ਤਾਂ ਸਾਡਾ ਨਾ ਆ ਲੈ ਨਾ ਪਾ ਪਹਾਰ ਜਾ ਇੱਕ ਮਿੰਟ ਠਹਿਰ ਜਾ ਠਹਿਰ ਜਾ ਠਹਿਰ ਜਾ ਪਈ ਠਹਿਰ ਜਾ ਜ਼ਿੰਦਾ ਮੁਰਗੀ ਹੈ। ਜ਼ਿੰਦਾ ਮੁਰਗੀ ਅੱਡੇ ਵੀ ਹੋ ਰਹੀ ਹੈ ਤੇ ਤੇ ਨਾਲ ਕਿ ਕਿਸੇ ਮੁਰਗੇ ਦਾ ਬਾਹ ਨਹੀਂ ਆ ਤੇ ਜੀ ਮੈਂ ਤੇਰਾ ਵਿਆਹ ਮੈਂ ਕਰਾਉਣੀ ਆ ਨਹੀਂ ਤੂੰ ਐਸੇ ਜਲਤੇ ਤੇ ਗੋਸ਼ਤ ਦੇਣੇ ਤੂੰ ਵੀ ਵੀ ਨਾਲ ਦਰਵਾਜ਼ੀਂ ਜੇ ਅੱਲਾ ਕਰੀ ਜਾ ਜ਼ਿੰਦਾ ਮੁਰਗੀ ਹੋਵੇ ਤੇ ਯੰਗ ਹੋਵੇ ਜਾਨਾ ਪਿਆਰੇ ਯੰਗ ਸਾਡੇ ਕੋਲ ਜੇ ਨਹੀਂ ਅਸੀਂ ਚੌਦੀਂ ਚ ਪੜਦੇ ਮੁਰਗੀ ਤਾਂ ਦੇ ਦਈਏ ਲੇਰ ਨਹੀਂ ਚਾਹੀਦੀ ਹਾਂ ਤਾਜੇ ਤਨ ਮੈਂ ਚੌਦੀਂ ਚ ਪੜਦੀ ਪੰਨਵੀਂ ਚ ਪੜਦੀ ਤੈਨੂੰ ਮੁਰਗੀ ਦੇ ਦਈਏ ਜਿਹੜੇ ਸਾਡੇ ਕੋਲ ਹੋਣੇ ਉਹ ਹੀ ਹੋਣੇ ਆ ਚਲੋ ਜਿਹੜੀ 6 ਵਿੱਚ ਪੜਦੀ ਉਹ ਦੇ ਦਿਓ ਐ ਬੀਬੀ ਜਾ ਦਿਮਾਗ ਨਾ ਖਾਤੇ ਰਹੀ ਮਿਹਰਬਾਨੀ ਆ ਜਾ ਇਸ ਤੋਂ ਪਹਿਲਾਂ ਮੈਂ ਆਪਣੇ ਸਿਰ ਤੇ ਉਹਦੀ ਕੋਈ ਚੀਜ਼ ਮਾਰ ਲਵਾ ਤੈਨੂੰ ਪਤਾ ਨਹੀਂ ਆਦਾ ਆਪ ਕਾਹਦੇ ਲਈ ਮਾਰਨੀ ਏ ਤੂੰ ਮੈਨੂੰ ਹੁਕਮ ਕਰ ਮੈਂ ਉਹ ਕਰੀ ਆਂ ਉਹ ਕੋਈ ਨਹੀਂ ਆ ਰਵਣੇ ਭਾਵੇਂ ਤੇਰਾ ਕੱਖ ਨਾ ਰਵੇ ਤੇ ਨਖਤੀ ਨਹੀਂ ਆ ਘੰਟਾ ਹੋ ਗਿਆ ਮੈਨੂੰ ਟਾਈਮਸ ਆਇਆ ਕਰੀ ਜਾ ਰਿਹਾ ਗੱਲਾਂ ਦੇ ਵਿੱਚ ਮਰਨੇ ਆ ਬੇੜਾ ਕਰਕ ਹੋ ਗਿਆ ਬੜ ਮੇਰੇ ਤੋਂ ਬਤਾ ਕੇ ਜਾ ਰਹੀ ਆ ਕੇਸ ਲਗਾ ਕੇ ਚਾਹ ਰਹੀ ਆ ਮੇਰਾ ਇਹ ਲੜਨ ਨਹੀਂ ਆ ਤੇਰੇ ਤੋਂ ਤੇ ਤੂੰ ਕੀ ਕਰ ਰਿਹਾ ਇੱਥੇ ਤੈਨੂੰ ਮੈਂ ਕਿਹਾ ਗੋਸਤੋਂ ਦੇ ਤੇਰੇ ਕੋਲ ਜਦੋਂ ਮੈਂ ਚੁੰਦੇ ਬਾਦ ਬੈਠ ਆਇਆ ਚੰਦਲ ਨੂੰ ਅੱਗੇ 350 ਰੁਪਏ ਮੈਂ ਟੈਂਪਰ ਲਾ ਕੇ ਬਿਠਾਇਆ ਲਾ ਕੇ ਉਸ ਪੀਆ ਤੇ ਵਿੱਚ ਆ ਸੁਣਿਆ ਇਹ ਦੁਕਾਨ ਵੀ ਆ ਤੈਨੂੰ ਕਾਂਦੇ ਨਜ਼ਰ ਆਉਣ ਡਿਆ ਚੰਦਲ ਆ ਸਾਰਾ ਇਹ ਹੀ ਆ ਘਰ ਵੀ ਮਿਲ ਜੇਂਦਾ ਚੈੱਕ ਕਰ ਅਜਾ ਬੀਬੀ ਦਮ ਕਰ ਜਾ ਕੇ ਕੰਮ ਕੀ ਕਰਾ ਕੀ ਜਾ ਦਮ ਕਰ ਜਾ ਅੱਛਾ ਆ ਫਾਹਮਦਾ ਤੂੰ ਦੁਕਾਨ ਦਾ ਉਹ ਮੈਂ ਉਹ ਪਾਈ ਅਸੀਂ ਤੇਰੇ ਜਾਨੇ ਤੂੰ ਆ ਪਾਈ ਹਨੋ ਵੈਸਾਨਵਾ ਤੂੰ ਉਪਾਰ ਦੁਕਾਨ ਆ ਨਾ ਬੇੜਾ ਕਰਕ ਜਾ ਤੇਰਾ ਉਹ ਪਾਈ ਆਪਣੀ ਮਰਜ਼ੀ ਨਾਲ ਗਿਆ ਮੈਂ ਮੈਂ ਕੁਝ ਨਹੀਂ ਕਿਹਾ ਓਏ ਆ ਜਾ ਨਖਤੀ ਦੀਆਂ ਕਿਤੇ ਡਕੇਤੀ ਨਾ ਕਰਾ ਲਈ ਦੁਕਾਨ 'ਚ ਵੇ